ਅਗਲੀ ਵੀ ਇੱਕ ਬਹੁਤ ਮਾੜੀ ਖਬਰ ਆ ਰਹੀ ਹੈ ਸੈਨੋਜ਼ੇ ਕੈਲੀਫੋਰਨੀਆ ਦੇ ਇੱਕ ਫਾਇਰ ਕੈਪਟਨ ਜੋ ਕਿ ਫਾਇਰ ਸਟੇਸ਼ਨ 16 ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਐਕਸ ਵਾਈਫ ਦੀ ਇੱਕ ਕ੍ਰੈਸ਼ ਹੋਇਆ ਹਾਈਵੇ 156 ਦੇ ਉੱਤੇ ਇਹ ਜੋ ਕ੍ਰੈਸ਼ ਆ ਇਹ ਕੱਲ ਵਾਪਰਿਆ ਹੋਲਿਸਟਰ ਤੋਂ ਉਹ ਆ ਰਹੇ ਸੀ 156 ਹਾਈਵੇ ਦੇ ਉੱਤੇ ਜਿਹਦੇ ਵਿੱਚ 14 ਸਾਲਾਂ ਦੇ ਦੋ ਟਵਿਨ ਉਹਨਾਂ ਦੀਆਂ ਬੱਚੀਆਂ ਲੇ ਤੇ 루ਸੀ ਤੇ 12 ਸਾਲਾਂ ਦਾ ਮੁੰਡਾ ਸੀ ਬੈਨ ਤੇ ਨਾਲ ਉਹਨਾਂ ਦੀ ਜਿਹੜੀ ਐਕਸ ਵਾਈਫ ਜੋ ਬੱਚਿਆਂ ਦੀ ਮਾਂ ਸੀ ਦੀਜ਼ਾ ਬਿਆਨਕਸ ਉਹ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਕਹਿੰਦੇ ਜਦੋਂ 156 ਹਾਈਵੇ ਤੇ ਆ ਰਹੇ ਸੀ ਤੇ ਉਹਨਾਂ ਦਾ ਆਲ ਆਫ ਸਡਨ ਕਾਰ ਉਹ ਜੋੜਾ ਇਨਕਮਿੰਗ ਟ੍ਰੈਫਿਕ ਆ ਉਹਦੇ ਵਿੱਚ ਜਾਵੜੀ ਤੇ ਉੱਥੇ ਐਕਸੀਡੈਂਟ ਹੋ ਗਿਆ ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ ਸਟੇਸ਼ਨ 16 ਸੈਨੋਜੀ ਦਾ ਉਹਨਾਂ ਨੇ ਕੋ ਫੰਡ ਵੀ ਆਪਣਾ ਪੇਜ ਆ ਉਸ ਦੇ ਲਈ ਸੈਟਅਪ ਕੀਤਾ ਹੈ ਲੋਕਲ ਖਬਰ ਵਾਟਸਨ ਵਿਲ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਦੋ ਛੋਟੇ ਜਹਾਜ਼ ਜੋ ਆਪਸ ਦੇ ਵਿੱਚ ਟਕਰਾ ਗਏ ਤੇ ਤਿੰਨ ਤੋਂ ਵੱਧ ਜਾਨੀਆਂ ਦੀਆਂ ਕੰਦੇ ਮੌਤਾਂ ਹੋਈਆਂ ਹੈਗੀਆਂ ਇਹ ਕੁਝ ਘੰਟੇ ਪਹਿਲਾਂ ਇਹ ਘਟਨਾ ਵਾਪਰੀ ਹੈ ਮਿਡ 에ਅਰ ਦੇ ਵਿੱਚ ਕੋਲੀਜਨ ਹੋਇਆ ਕੈਲੀਫੋਰਨੀਆ ਅਰਪੋਰਟ ਅਥਾਰਟੀ ਵੱਲੋਂ ਦੱਸਿਆ ਗਿਆ ਵਾਟਸਨਵਿਲ ਕੈਲੀਫੋਰਨੀਆ ਦੇ ਵਿੱਚ ਇਹ ਵਾਪਰਿਆ ਹੈਗਾ 3 ਵਜੇ ਦੇ ਕਰੀਬ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਵਾਟਸਨਵਿਲ ਮਿਊਨਿਸਪਲ 에ਅਰਪੋਰਟ ਵਾਟਸਨਵਿਲ ਦੇ ਵਿੱਚ ਹੈਗਾ ਇਹ ਖੇਤੀਬਾੜੀ ਵਾਲਾ ਏਰੀਆ ਆ 50 ਮੀਲ ਸਾਊਥ ਆਫ ਸੈਨੋਜ਼ੀਆ ਦੋ ਪਲੇਨ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇੱਥੇ ਜਿਹੜਾ ਇੱਕ ਛੋਟਾ 에ਅਰਪੋਰਟ ਆ ਤੇ ਦੋਨੋਂ ਹੀ ਆਪਸ ਦੇ ਵਿੱਚ ਟਕਰਾ ਗਏ ਇੱਕ ਸਿੰਗਲ ਇੰਜਨ ਸੈਸਨਾ ਫਿਪ 152 ਸੀ ਤੇ ਇੱਕ ਟਵਿਨ ਇੰਜਨ 340 ਸੀਗਾ ਸੋ ਇਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਤਿੰਨ ਤਾਂ ਕਨਫਰਮ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਜੀ ਬਿਲਕੁਲ ਸੋ ਇੱਕ ਜਹਾਜ਼ ਦੇ ਵਿੱਚ ਦੋ ਜਾਨੇ ਸੀਗੇ ਜਿਹੜਾ ਟਵਿਨ ਇੰਜਨ ਸੈਸਨਾ 340 ਸੀਗਾ ਅ ਤੇ ਇੱਕ ਜਿਹੜਾ ਸਿੰਗਲ ਇੰਜਨ ਸੈਸ ਨਾ 152 ਸੀ ਉਹਦੇ ਵਿੱਚ ਇੱਕ ਜਣਾ ਸੀ ਅ ਸੋ ਇਹ ਜਿਦਾਂ ਤੁਸੀਂ ਦੱਸਿਆ ਹਜੋ ਸਿੰਘ ਜੀ ਵੀ ਬੜੀ ਭਿਆਨਕ ਹੀ ਇੱਕ ਸਾਹਬ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਆ ਵੀ ਲੈਂਡ ਕਰਦੇ ਸਮੇਂ ਉਹ ਉਸ ਟਾਈਮ ਅਚਾਨਕ ਜੜੇ ਆਪਸ ਦੇ ਵਿੱਚ ਇਹ ਤਾਂ ਫਿਰ ਜੀ ਲੋਕਲ ਖਬਰ ਵਾਟਸਨ ਵਿਲ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਦੋ ਛੋਟੇ ਜਹਾਜ਼ ਆਪਸ ਦੇ ਵਿੱਚ ਟਕਰਾ ਗਏ ਤੇ ਤਿੰਨ ਤੋਂ ਵੱਧ ਜਾਨੀਆਂ ਦੀਆਂ ਕੰਦੇ ਮੌਤਾਂ ਹੋਈਆਂ ਹੈਗੀਆਂ ਇਹ ਕੁਝ ਘੰਟੇ ਪਹਿਲਾਂ ਇਹ ਘਟਨਾ ਵਾਪਰੀ ਹੈ ਮਿਡ 에ਅਰ ਦੇ ਵਿੱਚ ਕੋਲੀਜਨ ਹੋਇਆ ਕੈਲੀਫੋਰਨੀਆ ਅਰਪੋਰਟ ਅਥਾਰਟੀ ਵੱਲੋਂ ਦੱਸਿਆ ਗਿਆ ਵਾਟਸਨਵਿਲ ਕੈਲੀਫੋਰਨੀਆ ਦੇ ਵਿੱਚ ਇਹ ਵਾਪਰਿਆ ਹੈਗਾ 3 ਵਜੇ ਦੇ ਕਰੀਬ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਵਾਟਸਨਵਿਲ ਮਿਊਨਿਸਪਲ 에ਅਰਪੋਰਟ ਵਾਟਸਨਵਿਲ ਦੇ ਵਿੱਚ ਹੈਗਾ ਇਹ ਖੇਤੀਬਾੜੀ ਵਾਲਾ ਏਰੀਆ ਆ 50 ਮੀਲ ਸਾਊਥ ਆਫ ਸੈਨੋਜ਼ੀਆ ਦੋ ਪਲੇਨ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇੱਥੇ ਜਿਹੜਾ ਇੱਕ ਛੋਟਾ 에ਅਰਪੋਰਟ ਆ ਤੇ ਦੋਨੋਂ ਹੀ ਆਪਸ ਦੇ ਵਿੱਚ ਟਕਰਾ ਗਏ ਇੱਕ ਸਿੰਗਲ ਇੰਜਨ ਸੈਸਨਾ ਫਿਪ 152 ਸੀ ਤੇ ਇੱਕ ਟਵਿਨ ਇੰਜਨ 340 ਸੀਗਾ ਸੋ ਇਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਤਿੰਨ ਤਾਂ ਕਨਫਰਮ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ ਜੀ ਬਿਲਕੁਲ ਸੋ ਇੱਕ ਜਹਾਜ਼ ਦੇ ਵਿੱਚ ਦੋ ਜਾਣੇ ਸੀਗੇ ਜਿਹੜਾ ਟਵਿਨ ਇੰਜਨ ਸੈਸਨਾ 340 ਸੀਗਾ ਅ ਤੇ ਇੱਕ ਜਿਹੜਾ ਸਿੰਗਲ ਇੰਜਨ ਸੈੱਟਸ ਦਾ 152 ਸੀ ਉਹਦੇ ਵਿੱਚ ਇੱਕ ਜਣਾ ਸੀ ਅ ਸੋ ਇਹ ਜਿੱਦਾਂ ਤੁਸੀਂ ਦੱਸਿਆ ਹੈ ਜੋ ਸਿੰਘ ਜੀ ਵੀ ਬੜੀ ਭਿਆਨਕ ਹੀ ਇੱਕ ਸਾਹਬ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਆ ਵੀ ਲੈਂਡ ਕਰਦੇ ਸਮੇਂ ਉਹ ਉਸ ਟਾਈਮ ਅਚਾਨਕ ਜਿਹੜੇ ਆਪਸ ਦੇ ਵਿੱਚ ਇਹ ਟਕਰਾ ਗਿਆ ਸੀ